ਕਲਗੀਧਰ ਦੀ ਫੌਜ ਆ ਨਿਹੰਗ ਸਿੰਘਾਂ ਦੀ ਤੇ ਗਰੀਬ ਫੌਜ ਆ ਰਾਜੇ ਮਹਾਰਾਜੇ ਵੀ ਹੈ ਰਾਜੇ ਜੋਗੀ ਵੀ ਹੈ ਤੇ ਹਠੀ ਤਵੀ ਯੋਧੇ ਹੈ ਸੂਰਮੇ ਆ ਇਹਨਾਂ ਦਾ ਸਾਰਿਆਂ ਨੂੰ ਤਰੜਾ ਪੈ ਰਿਹਾ ਇਹਨਾਂ ਦਾ 12 ਮਹੀਨੇ ਇਹਨਾਂ ਨੇ ਨਵਾਂ ਚੁੱਲ੍ਹਾ ਤਾਉਣਾ ਜਾ ਕੇ ਅੱਜ ਬੜਾ ਇੱਥੇ ਆ ਕੱਲ੍ਹ ਨੂੰ ਪਤਾ ਨਹੀਂ ਕਿੱਥੇ ਹੋਣਾ ਕਿੱਥੇ ਨਹੀਂ ਹੋਣਾ ਤੇ 12 ਮਹੀਨੇ ਨੀਲੀ ਛੱਤ ਥੱਲੇ ਰਹਿਣਾ ਕਿਤੇ ਕਮਰੇ 'ਚ ਨਹੀਂ ਪੈਣਾ ਵੀ ਆਵੇ ਨੇਰੀ ਆਵੇ ਬਸ ਆਪਦੇ ਘੋੜੇ ਦੇ ਕੋਲ ਹੀ ਪਹਿਰਾ ਰੱਖਣਾ ਤੇ ਆਪਦਾ ਇਹ ਲੰਗਰ ਸਜਾਉਣਾ ਲੋਹੇ ਦੇ ਬਰਤਨਾਂ ਦੇ ਵਿੱਚ ਤੇ ਖੂਹ ਦਾ ਜਲ ਲੈਣਾ ਚਾਹੇ ਫਿਰ ਜਿਹੜਾ ਆਪਣਾ ਆਉਣਾ ਮੋਟਰਾਂ ਚੱਲੀਆਂ ਇਹਨਾਂ ਦਾ ਨਾਕਿਆਂ ਦਾ ਜਲ ਨਹੀਂ ਵਰਨਾ ਹੱਠੀ ਤਾਂ ਵੀ ਯੋਧੇ ਸੂਰਮੇ ਆ ਨਿਹੰਗ ਸਾਨੂੰ ਇਉਂ ਕਹਿੰਦੇ ਨੇ ਨਿਹੰਗ ਕਹਿੰਦੇ ਨੇ ਮਗਰ ਮੱਛ ਨੂੰ ਔਰ ਬਾਬਰ ਸ਼ੇਰ ਨੂੰ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬਾਬਰ ਸ਼ੇਰ ਹਾਂ ਮਗਰ ਮੱਛਾਂ ਜੰਗ ਦੇ ਮੈਦਾਨ ਵਿੱਚ ਇਸ ਕਰਕੇ ਅਸੀਂ ਗੁਰੂ ਕੇ ਨਿਹੰਗ ਨਿਹੰਗ ਹੰਗ ਤਾਂ ਧੁਰੈ ਕਾਮ ਕ੍ਰੋਧ ਲੋਭ ਮੋਹ ਤੋਂ ਰਹਿਤ ਦੁਇ ਦੁਆਇ ਤੋਂ ਰਹਿਤ ਲੱਭ ਤੋਂ ਹੰਕਾਰ ਤੋਂ ਰਹਿਤ ਮਨ ਹੈ ਬਸ ਮਨ ਮਰ ਜਾਂਦਾ ਸਾਧ ਮੰਨਣਾ ਪੈਂਦਾ ਜਿਵੇਂ ਕੋਈ ਸਾਧੂ ਸਾਧ ਘੇਰੇ ਸਾਧੀਆਂ ਸਿੱਖ ਰੱਖਦੇ ਯੁੱਧ ਵਿਚਾਰ ਹੈ ਦੇਹ ਅਨਿਤ ਨਾ ਨਿਤ ਰਹੇ ਜਸ ਨਾਵ ਚੜ੍ਹੇ ਭਵ ਸਾਗਰ ਤਾਰੇ ਤੇਜ ਕਾਮਨਾ ਇਹ ਤਾਂ ਬੁੱਧ ਸੰਦੀਪ ਜੀਓ ਯਾਰ ਹੈ ਗਿਆਨ ਹੈ ਕੀ ਬੜਨੀ ਮਨ ਹਾਥ ਲੈ ਕਾਤਰ ਦਾ ਕੁਤਬਾਰ ਬਹਾਰ ਹੈ ਜਦੋਂ ਬਾਹਰਲੇ ਦੁਸ਼ਮਣਾਂ ਨੂੰ ਅਤੇ ਜ਼ੁਲਮ ਜ਼ਾਲਮਾਂ ਨੂੰ ਨਾਸ਼ ਕਰਨ ਵਾਸਤੇ ਸ੍ਰੀ ਸਾਹਿਬ ਗੁਰੂ ਮਹਾਰਾਜ ਨੇ ਖਾਲਸੇ ਪੰਥ ਨੂੰ ਧਾਰਨ ਕਰਾਈ ਹੈ ਇਸ ਤਰ੍ਹਾਂ ਗਿਆਨ ਦੀ ਤਲਵਾਰ ਆਪਣੇ ਹਿਰਦੇ ਵਿੱਚ ਧਾਰਨ ਕਰਕੇ ਜਿਹੜੇ ਸਰੀਰ ਦੇ ਕਾਮ ਕ੍ਰੋਧ ਲੋਭ ਸਰੀਰ ਨੂੰ ਨਾਸ਼ ਕਰਨ ਵਾਲਾ ਇਹਨਾਂ ਦਾ ਗਿਆਨ ਰੂਪੀ ਤਲਵਾਰ ਨੂੰ ਨਾਸ਼ ਕਰਨ ਵਾਸਤੇ ਮਦਦ ਦਾ ਹੁਕਮ ਗੁਰੂ ਕੇ ਸਿੱਖਾਂ ਨੂੰ ਸਾਰਿਆਂ ਨੇ ਪਿਆਰ ਐਸੀ ਗੱਲ ਨਹੀਂ ਹੁੰਦਾ ਵੀ ਜਾਣਿਆ ਗੁਰੂ ਦਾ ਸਿੱਖ ਜਿਹੜਾ ਉਹ ਕਿਸੇ ਨਾਲ ਹੀ ਵਿਰੋਧ ਨਹੀਂ ਕਰਦਾ ਉਹ ਤਾਂ ਸਾਰਿਆਂ ਨੂੰ ਇੱਕ ਹੀ ਸਮਝਦਾ ਵੀ ਜਿਵੇਂ ਮਾਨਸਿਕ ਜਾਲ ਸਾ ਮਾਨਸਿਕ ਵਿਚਾਰ ਮਨੁੱਖ ਦੇ ਜਾਲ ਮਨੁੱਖ ਹੀ ਹੁੰਦਾ ਖਾਲਸਾ ਸ਼ਾਂਤੀ ਦਾ ਪੁਜਾਰੀ ਖਾਲਸੇ ਦੇ ਅੰਦਰ ਸਭ ਨਾਲ ਪਿਆਰ ਹੈ ਖਾਲਸਾ ਸਭ ਦਾ ਸੰਗੀ ਸਾਥੀ ਉਹ ਗਰੀਬ ਦੀ ਰੱਖਿਆ ਕਰਨ ਵਾਸਤੇ ਆ ਗਊ ਗਰੀਬ ਦੀ ਰੱਖਿਆ ਕਰਨ ਵਾਸਤੇ ਆ ਜਿੱਥੇ ਕੋਈ ਜ਼ੁਲਮ ਹੁੰਦਾ ਉੱਥੇ ਜ਼ੁਲਮ ਨਾਲ ਟੱਕਰ ਲੈਣ ਵਾਸਤੇ ਆ ਪਰ ਜ਼ਿਆਦਾ ਗੁਰੂ ਨਾਨਕ ਦੀ ਗੱਡੀ ਆ ਰਹੀ ਹੈ ਜਿਵੇਂ ਗੁਰੂ ਨਾਨਕ ਜੀ ਆਏ ਅਤੇ ਉਹਨਾਂ ਨੂੰ ਕਿਹਾ ਜੀ ਤੁਸੀਂ ਜਨੇਊ ਪਾਓ ਅਤੇ ਮਰ ਗਿਆ ਜਨੇਊ ਪਾਉਣ ਦਾ ਕੀ ਫਾਇਦਾ ਦਇਆ ਕਪਾਹ ਸੰਤੋਖ ਸੂ ਮਰ ਗਿਆ ਦਇਆ ਚਾਹੀਦੀ ਹੈ ਕਪਾਹ ਤਾਂ ਜੇ ਸੰਤੋਖ ਜੇ ਸੂਤ ਆ ਉਹ ਤਾਂ ਸੰਤੋਖ ਹੋਣਾ ਚਾਹੀਦਾ ਸੰਤੋਖ ਹੋਣਾ ਚਾਹੀਦਾ ਜੇ ਜਦੋਂ ਉਹ ਜਨੇਊ ਨੂੰ ਜ਼ਬਰਦਸਤੀ ਉਹ ਔਰੰਗਜ਼ੇਬ ਲਾਉਣ ਲੱਗਾ ਅਤੇ ਗੁਰੂ ਤੇਗ ਬਹਾਦਰ ਨੇ ਕਿਹਾ ਮੈਂ ਨਹੀਂ ਲੈਣ ਦੇਣਾ ਜ਼ਬਰਦਸਤੀ ਨਹੀਂ ਹੋਣੀ ਕਹਿੰਦਾ ਭਾਵ ਲੜਾਈ ਲੜਨੀ ਹੈ ਧਰਮ ਦੀ ਧਰਮ ਦੀ ਜੀਨ ਵੱਜ ਗਿਆ ਹਮ ਅਕਾਲੀ ਸਭ ਕੇ ਵਾਲੀ ਮਰ ਗਿਆ ਇਹ ਅਕਾਲੀ ਬਾਣਾ ਹੈ ਸਭ ਕਾ ਵਾਲੀ ਹੈ ਕਿਸੇ ਧਰਮ ਦੇ ਵੀ ਧੱਕਾ ਨਾ ਹੋਵੇ ਹਮ ਅਕਾਲੀ ਸਭ ਕੇ ਵਾਲੀ ਹਮਰਾ ਪੰਥ ਨਿਆਰਾ ਹੈ ਨਿਆਰਾ ਪੰਥ ਆ ਜਿਵੇਂ ਜਿਵੇਂ ਨਿਹੰਗ ਸਿੰਘਾਂ ਦੀ ਫੌਜ ਵਧੀ ਉਹਨਾਂ ਦੇ ਦਲਾਂ ਦੀ ਗਿਣਤੀ ਵੀ ਵਧੀ ਗਈ ਹਰ ਇੱਕ ਦਲ ਦਾ ਆਪਣਾ ਇੱਕ ਖੇਤਰ ਹੈ ਜਿੱਥੇ ਉਹ ਸਰਗਰਮ ਰਹਿੰਦਾ ਹੈ ਵਾਹਿਗੁਰੂ ਦਾ ਨਾਮ ਜਪਣ ਅਤੇ ਲੋਕਾਂ ਦੀ ਸੇਵਾ ਕਰਨ ਤੋਂ ਵੱਧ ਉਹਨਾਂ ਦੀ ਕੋਈ ਇੱਛਾ ਨਹੀਂ ਬੁੱਢਾ ਦਲ ਦੇ ਜਥੇਦਾਰ ਬਾਬਾ ਸੰਤਾ ਸਿੰਘ ਇਸ ਦਲ ਦਾ ਕੇਂਦਰ ਸਾਬੋ ਕੀ ਤਲਵੰਡੀ ਦਮਦਮਾ ਸਾਹਿਬ ਵਿਖੇ ਹੈ ਤਰੁਣਾ ਦਲ ਹਰੀਆਂ ਬੇਲਾਂ ਵਾਲੇ ਦੇ ਜਥੇਦਾਰ ਨੇ ਬਾਬਾ ਅਜੀਤ ਸਿੰਘ ਇਹਨਾਂ ਦਾ ਕੇਂਦਰ ਟਾਂਡਾ ਉੜਮੁੜ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਹੈ ਬਾਬਾ ਦਇਆ ਸਿੰਘ ਆਪ ਜਥੇਦਾਰ ਨੇ ਬਾਬਾ ਬਿਧੀ ਚੰਦ ਦਲ ਦੇ ਜਿਸ ਦਾ ਮੁੱਖ ਸਥਾਨ ਪੱਟੀ ਵਿੱਚ ਹੈ ਪੁਰਾਤਨ ਤਰਣਾ ਦਲ ਦੇ ਸਿੰਘਾਂ ਦੀ ਛਾਉਣੀ ਅਤੇ ਦਲ ਦੇ ਜਥੇਦਾਰ ਬਾਬਾ ਕੁੰਦਨ ਸਿੰਘ ਦਲ ਦਾ ਮੁੱਖ ਸਥਾਨ ਹੈ ਭਿੱਖੀ ਪਿੰਡ ਗੁਰੂ ਨਾਨਕ ਦਲ ਮੜੀਆਂ ਵਾਲੇ ਦੇ ਸਿੰਘਾਂ ਦੀ ਛਾਉਣੀ ਅਤੇ ਦਲ ਦੇ ਜਥੇਦਾਰ ਬਾਬਾ ਮਾਨ ਸਿੰਘ ਇਹਨਾਂ ਦਾ ਮੁੱਖ ਸਥਾਨ ਗੁਰਦਾਸਪੁਰ ਦੇ ਨੇੜੇ ਬਟਾਲਾ ਬਾਬਾ ਤਰਲੋਕ ਸਿੰਘ ਜਥੇਦਾਰ ਤਰੁਣਾ ਦਲ ਚੌਂਕ ਮਹਿਤਾ ਛਾਉਣੀ ਮਾਲਵਾ ਤਰੁਣਾ ਦਲ ਦਮਦਮਾ ਸਾਹਿਬ ਅਤੇ ਦਲ ਦੇ ਜਥੇਦਾਰ ਬਾਬਾ ਲਾਲ ਸਿੰਘ ਇਹ ਛਾਉਣੀ ਹੈ ਬਾਬਾ ਵੀਰ ਸਿੰਘ ਮਿਸਲ ਦੇ ਨਿਹੰਗ ਸਿੰਘਾਂ ਦੀ ਇਸ ਮਿਸਲ ਯਾਨੀ ਦਲ ਦੇ ਜਥੇਦਾਰ ਨੇ ਬਾਬਾ ਬਲਕਾਰ ਸਿੰਘ ਵੱਖ ਵੱਖ ਛਾਉਣੀਆਂ ਵਿੱਚ ਬੈਠੀ ਗੁਰੂ ਦੀ ਖਾਲਸਾ ਫੌਜ ਵਿੱਚ ਸਮਾਨਤਾ ਹੈ ਉਸ ਅਧਿਆਤਮਿਕ ਟੀਚੇ ਦੀ ਜਿਸ ਦੀ ਪ੍ਰੇਰਣਾ ਗੁਰੂ ਗੋਬਿੰਦ ਸਿੰਘ ਨੇ ਦਿੱਤੀ ਬਾਬਾ ਜੀ ਜਥੇਦਾਰ ਦੀ ਚੋਣ ਕਿੱਦਾਂ ਹੁੰਦੀ ਹੈ ਜਥੇਦਾਰ ਦੀ ਚੋਣ ਜਿਹੜੀ ਹੈ
ਸਾਡੇ ਵਿੱਚ ਇਸ ਤਰ੍ਹਾਂ ਨਹੀਂ ਕਰਦੇ।